ਲੁਧਿਆਣਾ ਬਾਂਬ ਕਾਂਡ ਦੀ ਨਾਲ ਜੁੜੀ ਇੱਕ ਖਬਰ ਕਾਫੀ ਚਰਚਾ ਦੇ ਵਿੱਚ ਹੈ ਕਿ ਪੰਜਾਬ ਪੁਲਿਸ ਦੇ ਕਹਿਣ ਤੇ ਜਰਮਨੀ ਦੀ ਪੁਲਿਸ ਨੇ ਜਸਵਿੰਦਰ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਕਰ ਲਿਆ ਜਰਮਨੀ ਦੇ ਵਿੱਚ ਦੂਸਰੀ ਖਬਰ ਜਿਹੜੀ ਪਟਿਆਲਾ ਪੁਲਿਸ ਨੇ ਦਿੱਤੀ ਹੈ ਕਿ ਖਾਲਿਸਤਾਨ ਦਾ ਪ੍ਰਚਾਰ ਕਰਦੇ ਮਾਂ ਪੁੱਤ ਸਮੇਤ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਨੇ ਇਸ ਖਬਰ ਨੂੰ ਲੈ ਕੇ ਤਾਂ ਸੋਸ਼ਲ ਮੀਡੀਆ ਤੇ ਕਾਫੀ ਤਰਥੱਲੀ ਮੱਚੀ ਪਈ ਹੈ ਕਿਉਂਕਿ ਇੱਕ ਨੌਜਵਾਨ ਮੁੰਡਾ ਉਹ ਨੌਜਵਾਨ ਜਿਹੜਾ ਕਿ ਕਿਸਾਨ ਮੋਰਚੇ ਦੇ ਵਿੱਚ ਅਹਿਮ ਭੂਮਿਕਾ ਨਿਭਾ ਕੇ ਆਇਆ ਹੈ ਜਿਸ ਪੜਨੀ ਬੁਛਾੜਾ ਆਪਣੀ छाਤੀ ਤੇ ਚੱਲੀਆਂ ਸੀ ਅਮ੍ਰਿਤਧਾਰੀ ਹੈ ਉਸਦੀ ਮਾਂ ਵੀ ਅਮ੍ਰਿਤਧਾਰੀ ਹੈ ਦੋਨਾਂ ਜਣਿਆਂ ਨੂੰ ਇਸ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿ ਉਹ ਪ੍ਰਚਾਰ ਕਰ ਰਹੇ ਸੀ ਪਰ ਹਾਲੇ ਤੱਕ ਪੁਲਿਸ ਇਹ ਦੱਸ ਨਹੀਂ ਪਾਈ ਕਿ ਉਹਨਾਂ ਕੋਲੋਂ ਅਜਿਹੀ ਕਿਹੜੇ ਸਬੂਤ ਮਿਲੇ ਨੇ ਜਿਸ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਖੈਦ ਜਿਹੜੀ ਲੁਧਿਆਣਾ ਬੰਬ ਕਾਂਡ ਵਾਲੀ ਖਬਰ ਹੈ ਉਸ ਦੇ ਵਿੱਚ ਤਕਰੀਬਨ ਸਾਰੇ মিডিਆ ਅਦਾਰਿਆਂ ਨੇ ਇਹ ਖਬਰ ਨਸ਼ਰ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਜਰਮਨੀ ਤੋਂ ਜਸਵਿੰਦਰ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ ਹੈ ਮੁਲਤਾਨੀ ਦੀ ਗ੍ਰਿਫਤਾਰੀ ਵਿੱਚ ਜੇਲ੍ਹ ਵਿੱਚ ਬੰਦ ਤੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਚੀਤਾ ਤੇ ਬਾਕਸਰ ਦੀ ਪੁੱਛਪੜਤਾਲ ਅਹਿਮ ਸਾਬਿਤ ਹੋਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਹੀ ਮੁਲਤਾਨੀ ਤੇ ਬੰਬ ਤਮਾਕੇ ਨੂੰ ਅੰਜਾਮ ਦੇਣ ਦੌਰਾਨ ਮਾਰੇ ਗਏ ਪੰਜਾਬ ਪੁਲਿਸ ਦੇ ਬਰਖਾਸਤ ਹੌਲਦਾਰ ਗਗਨਦੀਪ ਸਿੰਘ ਦੀ ਫੋਨ ਤੇ ਗੱਲਬਾਤ ਕਰਵਾਈ ਸੀ ਤੇ ਮੁਲਤਾਨੀ ਦਾ ਪਿਛੋਕੜ ਹੁਸ਼ਿਆਰਪੁਰ ਨਾਲ ਜੁੜਿਆ ਹੋਣ ਕਰਕੇ ਹੁਣ ਇਹ ਸ਼ਹਿਰ ਜਾਂਚ ਏਜੰਸੀਆਂ ਦੇ ਨਿਸ਼ਾਨੇ ਤੇ ਆ ਗਿਆ ਹੈ ਪਰ ਮਲਤਾਨੀ ਦੇ ਪਿਤਾ ਅਜੀਤ ਸਿੰਘ ਸਮੇਤ ਮਲਤਾਨੀ ਦੇ ਪਿੰਡ ਮਨਸੂਰਪੁਰ ਦੇ ਲੋਕਾਂ ਨੂੰ ਏਜੰਸੀਆਂ ਦੀ ਦੱਸੀ ਕਹਾਣੀ ਤੇ ਯਕੀਨ ਨਹੀਂ ਹੋ ਰਿਹਾ ਪਿੰਡ ਵਾਲਿਆਂ ਤੇ ਮੁਕੇਰੀਆਂ ਪੁਲਿਸ ਮੁਤਾਬਕ ਪਰਿਵਾਰ ਦਾ ਕੋਈ ਅਪਰਾਧਿਕ ਪਿਛੋਕੜ ਹੀ ਨਹੀਂ ਹੈ ਜਸਵਿੰਦਰ ਆਪਣੀ ਪਤਨੀ ਭੈਣ ਤੇ ਭਰਾ ਸਮੇਤ ਜਰਮਨੀ ਰਹਿ ਰਿਹਾ ਹੈ ਪਿਤਾ ਅਜੀਤ ਸਿੰਘ ਪਿੰਡ ਰਹਿੰਦਾ ਹੈ ਮਾਤਾ ਦੀ ਮੌਤ ਹੋ ਚੁੱਕੀ ਹੈ ਜਦਕਿ ਪੁਲਿਸ ਕਹਿ ਰਹੀ ਹੈ ਕਿ ਜਸਵਿੰਦਰ ਸਿੰਘ ਮਲਤਾਨੀ 6 ਫਾਰ ਜਸਟਿਸ ਨਾਲ ਸੰਬੰਧਿਤ ਹੈ ਅਤੇ ਲੁਧਿਆਣਾ ਬੰਬ ਕਾਂਡ ਦਾ ਮਾਸਟਰਮਾਈਂਡ ਹੈ ਜਸਵਿੰਦਰ ਦੇ ਪਿਤਾਜੀਤ ਸਿੰਘ ਮੁਤਾਬਕ ਉਸਦੇ ਪੁੱਤਰ ਨੂੰ ਸਾਜ਼ਿਸ਼ ਤਹਿਤ ਫਸਾਇਆ ਜਾ ਰਿਹਾ ਹੈ ਕਰੀਬ 20-25 ਸਾਲ ਪਹਿਲਾਂ ਉਸਨੇ ਆਪਣੀ ਨਿਆਈ ਵਾਲੀ 3 ਏਕੜ ਜ਼ਮੀਨ ਤੇ ਦੁਕਾਨ ਵੇਚ ਕੇ ਜਸਵਿੰਦਰ ਨੂੰ ਵਿਦੇਸ਼ ਭੇਜਿਆ ਸੀ ਤੇ ਪਿੰਡ ਵਿੱਚ ਰਹਿੰਦਿਆਂ ਜਾਂ ਵਿਦੇਸ਼ ਵਿੱਚ ਉਹਦੀ ਕਦੇ ਕੋਈ ਸ਼ਿਕਾਇਤ ਨਹੀਂ ਆਈ ਜਸਵਿੰਦਰ ਦੀ ਮਾਤਾ ਕਮਲਜੀਤ ਕੌਰ ਦੀ ਮੌਤ ਤੋਂ ਬਾਅਦ ਪਿਤਾ ਇਕੱਲੇ ਪਣ ਦਾ ਸ਼ਿਕਾਰ ਹੋ ਕੇ ਕਹਿੰਦੇ ਮਾਨਸਿਕ ਪਰੇਸ਼ਾਨ ਰਹਿਣ ਲੱਗਿਆ ਪਿੰਡ ਛੱਡ ਕੇ ਜਰਮਨੀ ਵੀ ਨਹੀਂ ਜਾਣਾ ਚਾਹੁੰਦਾ ਤੇ ਰੋਟੀ ਪਾਣੀ ਲਈ ਜਸਵਿੰਦਰ ਦਾ ਭਰਾ ਪਿੰਡ ਰਹਿੰਦਾ ਇੱਕ ਪਰਿਵਾਰ ਨੂੰ ਮਹੀਨਾਵਾਰ ਕੁਝ ਰਕਮ ਭੇਜਦਾ ਹੈ ਜਿਹੜਾ ਉਹਦੇ ਪਿਤਾ ਦੀ ਦੇਖਭਾਲ ਕਰਦਾ ਪਿੰਡ ਦੀ ਸਰਪੰਚ ਰਿੰਪੀ ਦੇਵੀ ਨੇ ਵੀ ਇਹੀ ਕਿਹਾ ਕਿ tMapਾਕੇ ਵਿੱਚ ਜਸਵਿੰਦਰ ਦੇ ਸ਼ਾਮਲ ਹੋਣ ਦੀ ਗੱਲ ਗਲੇ ਨਹੀਂ ਉਤਰ ਰਹੀ ਮੁਕੇਰੀਆਂ ਪੁਲਿਸ ਦੇ ਡੀਐਸਪੀ ਪਰਮਜੀਤ ਸਿੰਘ ਨੇ ਵੀ ਦੱਸਿਆ ਕਿ ਥਾਣੇ ਦੇ ਰਿਕਾਰਡ ਦੇ ਮੁਤਾਬਿਕ ਜਸਵਿੰਦਰ ਮਲਤਾਨੀ ਖਿਲਾਫ ਕੋਈ ਅਪਰਾਧਿਕ ਕੇਸ ਦਰਜ ਨਹੀਂ ਹੈ ਤੇ ਸਾਰੀ ਖਬਰ ਦੇ ਵਿੱਚ ਇੱਕ ਬੜਾ ਹੈਰਾਨੀਜਨਕ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕੇ ਪੀਐਸ ਗਿਲ ਦਾ ਬੁੱਚਰ ਆਫ ਪੰਜਾਬ ਕਿਤਾਬ ਲਿਖਣ ਵਾਲੇ ਖਾਲਸਤਾਨੀ ਲੀਡਰ ਸਰਬਜੀਤ ਸਿੰਘ ਕੁਮਾਨ ਨੇ ਆਪਣੇ ਫੇਸਬੁਕ ਪੇਜ ਤੇ ਲਿਖਿਆ ਹੈ ਕਿ ਮੈਂ ਜਰਮਨ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਹਾਂ ਤੇ ਨਾ ਹੀ ਗ੍ਰਿਫਤਾਰ ਕੀਤਾ ਗਿਆ ਹੈ ਮੈਨੂੰ ਇਹ ਜਸਵਿੰਦਰ ਸਿੰਘ ਮਲਤਾਨੀ ਦਾ ਜਿਹੜੀ ਕਹੀ ਹੋਈ ਗੱਲ ਉਹਨਾਂ ਨੇ ਦੱਸਦੇ ਹੋਏ ਆਪਣੇ ਫੇਸਬੁਕ ਪੇਜ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਇਹ ਹੈਰਾਨੀ ਜਤਾਈ ਹੈ ਕਿ মিডিਆ ਕਿਉਂ ਝੂਠ ਤੇ ਕੁਫਰ ਤੋਲ ਰਿਹਾ ਹੈ ਜਦਕਿ ਸਿੰਦਰ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ ਗਿਆ ਅਤੇ ਜਰਮਨੀ ਦਾ ਜਿਹੜਾ ਪੁਲਿਸ ਪ੍ਰਬੰਧ ਹੈ ਉਹ ਅਜਿਹਾ ਨਹੀਂ ਹੈ ਸੋ ਇਸ ਪੂਰੀ ਖਬਰ ਦੇ ਵਿੱਚ ਜਾਂਚ ਹੋਏਗੀ ਉਸ ਤੋਂ ਬਾਅਦ ਪੰਜਾਬ ਪੁਲਿਸ ਹੈ ਜਿਹੜੀ ਕੀ ਜਾਣਕਾਰੀ ਦਿੰਦੀ ਹੈ ਉਹ ਸਹੀ ਹੈ ਜਾਂ ਗਲਤ ਹੈ ਇਸ ਬਾਰੇ ਹਾਲੇ ਕੁਝ ਵੀ ਕਹਿਣਾ ਠੀਕ ਨਹੀਂ ਹੋਏਗਾ ਪਰ ਇਸ ਖਬਰ ਦੇ ਵਿੱਚ ਜੋ ਅਪਡੇਟ ਹੈ ਉਹ ਇਹੀ ਹੈ ਕਿ ਜਸਵਿੰਦਰ ਸਿੰਘ ਮਲਤਾਨੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਰਬਜੀਤ ਸਿੰਘ ਘੁਮਾਨ ਦੇ ਮੁਤਾਬਿਕ ਉਧਰ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਦੇ ਵਿੱਚ ਧਮਾਕਾ ਹੋਣ ਤੋਂ 5 ਦਿਨ ਬਾਅਦ ਵੀ ਘਟਨਾ ਵਾਲੀ ਥਾਂ ਤੋਂ ਮਲਬਾ ਨਹੀਂ ਹਟਾਇਆ ਗਿਆ ਪੁਲਿਸ ਇਸ ਕੇਸ ਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗੇ ਨਸ਼ਾ ਤਸਕਰਾਂ ਰਣਜੀਤ ਸਿੰਘ ਚੀਤਾ ਤੇ ਸੁਖਵਿੰਦਰ ਸਿੰਘ ਉਰਫ ਬੌਕਸਰ ਤੋਂ ਪੁੱਛ ਪੜਤਾਲ ਲਗਾਤਾਰ ਕਰ ਰਹੀ ਹੈ